ਧੰਨਵਾਦ ਕਰਦੇ ਹਾਂ ਬਸ ਨੂੰ ਜੋ ਉਹਨਾਂ ਨੇ ਰਾਤ ਵਾਸਤੇ ਦਿੱਤਾ ਜੀ ਹਰਨਾਲ ਨਾਲ ਇਹਨਾਂ ਨੇ ਇੱਕ ਮੇਰਾ ਭਤੀਜਾ ਗਿਆ ਜੀ 30 ਸਾਲ ਦਾ ਉਹਨਾਂ ਪੁਲਿਸ ਨੌਕਰੀਆਂ ਵਾਸਤੇ ਅਨਾਊਂਸਮੈਂਟ ਕੀਤੀ ਸੀ ਮੈਂ ਚਾਹੁੰਦਾ ਵੀ ਉਹਨੂੰ ਪੁਲਿਸ ਦੇ ਵਿੱਚ ਭਰਤੀ ਕੀਤਾ ਜਾਵੇ ਅਸੀਂ ਬਹੁਤ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਅੱਗੇ ਸਾਨੂੰ ਵੀ ਬੱਚਿਆਂ ਨੂੰ ਪਾਲਣ ਵਾਸਤੇ ਕੋਈ ਨੌਕਰੀ ਦਿੱਤੀ ਜਾਵੇ ਕੋਈ ਕੰਮ ਕਰ ਦਿੱਤਾ ਜਾਵੇ इस नगर के दो 6 मई 2012 नूं बहुत बड़ा हादसा वापरिया सी। एक्सीडेंट दे विच 4 परिवारां दे 18 मैंबर जिहड़े कि इक टैंकर दे विच सी धार्मिक थां तों शरदा करके आ रहे सी ਉਹ 18 दे 18 ही परिवार जिहड़े मैंबर सी ਉਹ ਮੌਕੇ ਤੇ ਹਾਦਸਾ ਗ੍ਰਸਤ ਹੋ ਗਏ ਸੀ। ਇਸ ਪਿੰਡ ਦੇ ਵਿੱਚ ਬਹੁਤ ਵੱਡਾ ਮਾਤਮ ਛਾਇਆ ਸੀ ਤਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਪਰਿਵਾਰਾਂ ਨੂੰ ਸਹਾਇਤਾ ਦੇਣ ਵਾਸਤੇ ਭਾਵੇਂ ਜਾਣ ਵਾਲੇ ਇਨਸਾਨ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ ਪਰ ਪੰਜਾਬ ਸਰਕਾਰ ਨੇ ਉਸੇ ਦਿਨ ਹੀ ਇਹਨਾਂ 18 ਜਿਹੜੇ ਮੈਂਬਰ ਮਰੇ ਸੀ ਉਹਨਾਂ ਨੂੰ 18 ਲੱਖ ਜਿਹੜਾ ਹੈ ਉਹ ਦੇਣ ਦਾ ਐਲਾਨ ਕਰਤਾ ਸੀ। ਅੱਜ ਉਹ ਸਮੁੱਚੀ ਸਾਡੀ ਸਾਰੀ ਸੀਨੀਅਰ ਜਥੇਬੰਦੀ ਇਸ ਨਗਰ ਦੇ ਵਿੱਚ ਉਹਨਾਂ ਪਰਿਵਾਰਾਂ ਨੂੰ 18 ਲੱਖ ਦੇ ਚੈੱਕ ਦੇਣ ਆਏ ਆ। ਸੋ ਅਸੀਂ ਇਸ ਨਗਰ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸੀਨੀਅਰ ਜਥੇਬੰਦੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਇਸ ਗੱਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹਨਾਂ ਪਰਿਵਾਰਾਂ ਦੇ ਨਾਲ ਹਮਦਰਦੀ ਕਰਕੇ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਹੈ ਤਾਂ ਕਿ ਪਰਿਵਾਰਾਂ ਦਾ ਮੁੜ ਵਸੇਬਾ ਜਿਹੜੇ 1-2 ਮੈਂਬਰ ਬਚੇ ਹੈ ਉਹਨਾਂ ਦਾ ਮੁੜ ਵਸੇਬਾ ਹੋ ਸਕੇ। ਸਾਰੇ ਇਸ ਨਗਰ ਦੇ ਵਿੱਚ ਪਹੁੰਚੇ ਪਰਿਵਾਰਾਂ ਨਾਲ ਹਮਦਰਦੀ ਕੀਤੀ ਤੇ ਸਰਕਾਰ ਵੱਲੋਂ ਜਿਨ੍ਹਾਂ ਨੇ ਉਸੇ ਟਾਈਮ ਤੇ ਜਿਸ ਦਿਨ ਇਹ ਘਟਨਾ ਵਾਪਰੀ ਉਹਨਾਂ ਨੇ ਜੱਜਾ ਤੰਦਰੁਸਤ ਤੌਰ ਸਰ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਉਹ ਬੀਬੀ ਜੀ ਨੂੰ ਬਹੁਤ ਵੱਡੀ ਨੌਕਰੀ ਦਿੱਤੀ ਉਹ ਲੜਕੀ ਕਰਨ ਵਾਲੇ ਜਿਹੜੇ ਪੰਜਾਬ ਦੇ ਮਾਲਕ ਨੇ ਉਹਨਾਂ ਨੂੰ ਇਹੀ ਦੇਖਣਾ ਹੁੰਦਾ ਵੀ ਸਾਨੂੰ ਕਿਵੇਂ ਦੇਖਿਆ ਜਾ ਰਿਹਾ। ਹੋਰ ਇੱਥੇ ਪਾਤਣਾ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਸਰ ਪ੍ਰਕਾਸ਼ ਸਿੰਘ ਜੀ ਬਾਦਲ ਸਰ ਸੁਖਬੀਰ ਸਿੰਘ ਜੀ ਬਾਦਲ ਔਰ ਸਾਡੀ ਸਾਰੀ ਲੀਡਰਸ਼ਿਪ ਹਮੇਸ਼ਾ ਦੁਖੀਆਂ ਦੇ ਨਾਲ ਹਮੇਸ਼ਾ ਖੜੀ ਆ। ਮੰਤਰੀ ਸਾਹਿਬ ਵੱਲੋਂ ਡਿਪਟੀ ਮੁੱਖ ਮੰਤਰੀ ਸਾਹਿਬ ਵੱਲੋਂ ਜਾਂ ਕਿ ਪਿੰਡ ਜਾ ਕੇ ਇਹ ਪੈਸੇ ਜਿਹੜੇ ਦੇ ਕੇ ਆਓ ਉਹ ਪੈਸੇ ਅੱਜ ਇਹਨਾਂ ਪਰਿਵਾਰਾਂ ਨੂੰ ਦਿੱਤੇ ਜਾਣੇ ਨੇ। ਇੱਕੋ ਸਮੇਂ ਇੱਕੋ ਘੜੀ ਹੋਈਆਂ ਬੜਾ ਦੁੱਖ ਦੀ ਗੱਲ ਸੀ ਇਸ ਇਲਾਕੇ ਚ ਨਹੀਂ ਪੂਰੇ ਪੰਜਾਬ ਦੇ ਵਿੱਚ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਸਰਦਾਰ ਕਿਉਂਕਿ ਪਿਛਲੀ ਵਾਰ ਵੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ